ਪਹਿਲੇ ਭੰਡਾਰੇ ਮੌਕੇ ਡੇਰਾ ਬਿਆਸ ਦੇ ਵਿੱਚ ਸ਼ਰਧਾਲੂਆਂ ਦਾ ਉਮੜਿਆ ਸੈਲਾਬ। ਲੱਖਾਂ ਦੀ ਗਿਣਤੀ ਦੇ ਵਿੱਚ ਬਿਆਸ ਪਹੁੰਚੀਆਂ ਸੰਗਤਾਂ, ਕਈ ਕਿਲੋਮੀਟਰ ਤੱਕ ਵਾਹਨਾਂ ਦੀਆਂ ਲੱਗੀਆਂ ਲੰਬੀਆਂ ਲਾਈਨਾਂ। ਕਰੀਬ 34 ਸਾਲ ਦੇ ਬਾਅਦ ਡੇਰਾ ਰਾਧਾ ਸਵਾਮੀ ਸਤਸੰਗ ਬਿਆਸ ਦੇ ਸ਼ਰਧਾਲੂਆਂ ਨੂੰ ਸਤੰਬਰ ਦੇ ਪਹਿਲੇ ਭੰਡਾਰੇ ਦੌਰਾਨ ਸਟੇਜ ਦੇ ਉੱਤੇ ਡੇਰਾ ਬਿਆਸ ਦੇ ਮੁਖੀ ਬਾਬਾ ਗੁਰਿੰਦਰ ਸਿੰਘ ਢਿੱਲੋਂ ਦੇ ਨਾਲ ਕਿਸੇ ਹੋਰ ਦੀ ਗੱਦੀ ਲੱਗੀ ਹੋਈ ਨਜ਼ਰ ਆਈ ਹੈ ਤੇ ਇਸ ਦੌਰਾਨ ਇਸ ਗੱਦੀ ਦੇ ਉੱਤੇ ਡੇਰਾ ਬਿਆਸ ਦੇ ਭਵਿੱਖ ਦੇ ਵਿੱਚ ਹੋਣ ਵਾਲੇ ਸਰਦਾਰ ਜਸਦੀਪ ਸਿੰਘ ਗਿੱਲ ਬੈਠੇ ਹੋਏ ਨਜ਼ਰ ਆਏ। ਤਾਂ ਦੱਸ ਦਈਏ ਕਿ ਜਿਵੇਂ ਬੀਤੀ ਦਿਨ 2 ਸਤੰਬਰ ਨੂੰ ਡੇਰਾ ਰਾਧਾ ਸਵਾਮੀ ਸਤਸੰਗ ਬਿਆਸ ਦੇ ਮੁਖੀ ਗੁਰਿੰਦਰ ਸਿੰਘ ਢਿੱਲੋਂ ਨੇ ਆਪਣੀ ਗੱਦੀ ਦੇ ਵਾਰਸ ਜਸਦੀਪ ਸਿੰਘ ਗਿੱਲ ਦੇ ਨਾਮ ਦਾ ਐਲਾਨ ਕੀਤਾ ਸੀ, ਜਿਸ ਤੋਂ ਬਾਅਦ ਵੱਡੀ ਗਿਣਤੀ ਦੇ ਵਿੱਚ ਸੰਗਤਾਂ ਜਿਹੜੀਆਂ ਨੇ ਉਹ ਡੇਰਾ ਬਿਆਸ ਪਹੁੰਚੀਆਂ, ਜਿੱਥੇ ਕਿ ਉਹਨਾਂ ਦੀ ਬੇਚੈਨੀ ਸੀ ਕਿ ਹੁਣ ਸਤਸੰਗ ਕੌਣ ਕਰੇਗਾ। ਤੇ ਇਸ ਦੌਰਾਨ ਬਾਬਾ ਗੁਰਿੰਦਰ ਸਿੰਘ ਢਿੱਲੋਂ ਨੇ ਸਤਸੰਗ ਕਰਕੇ ਇਹ ਕਲੀਅਰ ਕੀਤਾ ਸੀ ਕਿ ਸਤਸੰਗ ਉਹੀ ਕਰਨਗੇ ਤੇ ਜਸਦੀਪ ਸਿੰਘ ਗਿੱਲ ਨੇ ਜਿਹੜੇ ਉਹ ਭਵਿੱਖ ਦੇ ਜਿਹੜੇ ਵਾਰਸ ਨੇ ਉਹ ਰਹੇ ਨੇ ਤੇ ਭਵਿੱਖ ਦੇ ਵਿੱਚ ਉਹਨਾਂ ਦੇ ਵੱਲੋਂ ਸਤਸੰਗ ਕੀਤਾ ਜਾਵੇਗਾ। ਤੇ ਇਸ ਤੋਂ ਬਾਅਦ ਸੰਗਤਾਂ ਨੂੰ ਸੁੱਖ ਦਾ ਸਾਹ ਆਇਆ ਤੇ ਹੁਣ ਕਹਿ ਸਕਦੇ ਹਾਂ ਕਿ ਸਤੰਬਰ ਮਹੀਨੇ ਦੇ ਵਿੱਚ ਜਿੰਨੇ ਵੀ ਭੰਡਾਰੇ ਹੋਣਗੇ ਉਹਨਾਂ ਦੇ ਵਿੱਚ ਡੇਰਾ ਰਾਧਾ ਸਵਾਮੀ ਸਤਸੰਗ ਬਿਆਸ ਦੇ ਮੁਖੀ ਬਾਬਾ ਗੁਰਿੰਦਰ ਸਿੰਘ ਢਿੱਲੋਂ ਦੇ ਨਾਲ ਜਸਦੀਪ ਸਿੰਘ ਗਿੱਲ ਉਹਨਾਂ ਦੇ ਨਾਲ ਬੈਠੇ ਹੋਏ ਨਜ਼ਰ ਆਉਣਗੇ। ਹਾਲਾਂਕਿ ਸਤਸੰਗ ਉਹਨਾਂ ਦੇ ਵੱਲੋਂ ਨਹੀਂ ਕੀਤਾ ਜਾਵੇਗਾ, ਸਤਸੰਗ ਦਾ ਅਧਿਕਾਰ ਹਾਲੇ ਗੁਰਿੰਦਰ ਸਿੰਘ ਢਿੱਲੋਂ ਕੋਲ ਹੀ ਹੈ ਤੇ ਉਹਨਾਂ ਦੇ ਵੱਲੋਂ ਹੀ ਸੰਗਤਾਂ ਨੂੰ ਸਤਸੰਗ ਸੁਣਾਇਆ ਜਾਵੇਗਾ। ਤੇ ਇਸ ਮੌਕੇ ਜਿਹੜੀਆਂ ਸੰਗਤਾਂ ਨੇ ਉਹ ਹੁੰਮ ਹੁਮਾ ਕੇ ਡੇਰਾ ਬਿਆਸ ਪਹੁੰਚ ਰਹੀਆਂ ਨੇ, ਕਿਉਂਕਿ ਨਵੇਂ ਉੱਤਰਾਧਿਕਾਰੀ ਦੇ ਐਲਾਨ ਤੋਂ ਬਾਅਦ ਜਿਹੜਾ ਇਹ ਪਹਿਲਾ ਸਤਸੰਗ ਸੀ ਜਿਸਦੇ ਵਿੱਚ ਸੰਗਤਾਂ ਨੇ ਵੱਡੀ ਗਿਣਤੀ ਦੇ ਵਿੱਚ ਸ਼ਮੂਲੀਅਤ ਕੀਤੀ ਅਤੇ ਜਿਸਦੇ ਕਾਰਨ ਡੇਰਾ ਬਿਆਸ ਜਾਣ ਵਾਲੇ ਰਾਹ ਦੇ ਉੱਤੇ ਲੰਬਾ ਜਾਮ ਲੱਗ ਗਿਆ, ਕਿਉਂਕਿ ਵੱਡੀ ਗਿਣਤੀ ਦੇ ਵਿੱਚ ਸੰਗਤਾਂ ਨੇ ਜਿਹੜੀਆਂ ਉਹ ਡੇਰਾ ਬਿਆਸ ਪਹੁੰਚੀਆਂ। ਚੜ੍ਹਦੀ ਕਲਾ ਟਾਈਮ ਟੀਵੀ ਲਈ ਬਿਆਸ ਤੋਂ ਬਲਰਾਜ ਸਿੰਘ ਰਾਜਾ ਦੀ ਰਿਪੋਰਟ।